ਇਸ ਕਾਗਜ਼ ਦੀ ਸੋਟੀ ਨੂੰ ਬਣਾਉਣਾ ਬਹੁਤ ਆਸਾਨ ਹੈ। ਇਸ ਲਈ ਤੁਹਾਨੂੰ ਚਾਹੀਦਾ ਹੈ 2 ਮੀਟਰ ਲੰਬਾ ਕਾਗਜ਼ ਜੋ ਕਿ ਚਮਕੀਲਾ ਹੋਵੇ ਅਤੇ 10 ਸੈਂਟੀਮੀਟਰ ਚੌੜਾ ਹੋਵੇ ਅਤੇ ਪਲਾਸਟਿਕ ਦੀ ਸਟਰੋਸ ਅਤੇ ਗੂੰਦ। ਪੇਪਰ ਦੇ ਇੱਕ ਸਿਰੇ 'ਤੇ ਗੂੰਦ ਲਗਾਓ, ਇਸ ਨੂੰ ਸੁੱਕਣ ਦਿਓ, ਪਲਾਸਟਿਕ ਦੀ ਸਟਰੋ ਨੂੰ ਇਸ 'ਤੇ ਚਿਪਕਾਓ ਅਤੇ ਕੱਸ ਕੇ ਰੋਲ ਕਰੋ। 2 ਮੀਟਰ ਲੰਬਾ ਕਾਗਜ਼ ਇਸ 'ਤੇ ਲਪੇਟ ਦਿਓ। ਅੰਤ ਤੇ ਪਹੁੰਚਣ ਤੇ ਕੱਸ ਕੇ ਫੜ ਕੇ ਰਬੜ ਬੈਂਡ ਲਗਾ ਦਿਓ। ਸਟਰੋ ਦੇ ਹੇਠਾਂ ਇੱਕ ਪੀਲੇ ਰੰਗ ਦਾ ਗੋਲ ਵਾਸ਼ਰ ਲਗਾਓ। ਸਟੋਪਰ ਦੀ ਤਰ੍ਹਾਂ 2 ਘੰਟੇ ਲਈ ਰਬੜ ਬੈਂਡ ਲਗਾ ਕੇ ਰੱਖੋ ਅਤੇ ਫਿਰ ਉਤਾਰ ਦਿਓ। ਰਬੜ ਬੈਂਡ ਉਤਾਰਨ 'ਤੇ ਤੁਸੀਂ ਵੇਖੋਗੇ ਕਿ ਰੋਲ ਆਪਣੇ ਆਪ ਖੁੱਲ੍ਹੇਗਾ। ਹੁਣ ਸਟਰੋ ਨੂੰ ਹੱਥ ਵਿੱਚ ਫੜੋ ਅਤੇ ਥੋੜ੍ਹਾ ਜਿਹਾ ਹਿਲਾ ਦਿਓ ਅਤੇ ਰੋਲ ਜੀਭ ਵਾਂਗ ਅੱਗੇ ਜਾਏਗਾ ਅਤੇ ਉੱਪਰ ਚੱਕਣ 'ਤੇ ਵਾਪਸ ਆਏਗਾ। ਇਸ ਖਿਡੌਣੇ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ, ਸੋ ਆਪਣੇ ਮਿੱਤਰਾਂ ਨਾਲ ਇਸ ਦਾ ਆਨੰਦ ਲਵੋ।